ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੈਪੀ ਨਿਊ ਈਅਰ ਫੈਲੀਸ ਆਨਿਊ ਨਵੇਵੋ ਵੀਵਰਸ ਤੁਸੀਂ ਅੱਜ ਦੀ ਇਸ ਵੀਡੀਓ ਦੇ ਵਿੱਚ ਜਿੱਦਾਂ ਆਪਾਂ ਸ਼ੁਭ ਵਿਚਾਰ ਕਹਿ ਸਕਦੇ ਹਾਂ ਪੰਜਾਬੀ ਵਿੱਚ ਤੁਸੀਂ ਇਹਨਾਂ ਨੂੰ ਸਪੈਨਿਸ਼ ਲੈਂਗੁਏਜ ਦੇ ਰਾਹੀਂ ਸਿੱਖੋਗੇ ਇਸ ਵੀਡੀਓ ਦੇ ਵਿੱਚ ਸੋ ਸਟਾਰਟ ਕਰਦੇ ਹਾਂ ਆਪਾਂ ਆਪਣੀ ਵੀਡੀਓ ਸਭ ਤੋਂ ਪਹਿਲਾਂ ਆਪਣਾ ਜੋ ਵੀ ਥਾਟ ਕਹਿ ਲਓ ਸੈਂਟੈਂਸ ਕਹਿ ਲਓ ਆਪਣੇ ਆਪ ਤੇ ਵਿਸ਼ਵਾਸ ਰੱਖੋ ਕਰੇ ਏਨ ਤੀ ਮੀਸਮੋ ਆਈ ਰਿਕੁਐਸਟ ਕਿ ਮੇਰੇ ਤੋਂ ਬਾਅਦ ਵਿੱਚ ਰਿਪੀਟ ਕਰੋ ਕਰੇ ਇਨ ਤੀ ਮੀਸਮੋ ਤੀ ਮੀਸਮੋ ਹੋ ਗਿਆ ਯੂਅਰ ਸੈਲਫ ਆਪਣੇ ਆਪ ਤੇ ਖੁਦ ਤੇ ਨੈਕਸਟ ਆਪਣਾ ਸੈਂਟੈਂਸ ਹੈ ਇੱਕ ਸ਼ੌਂਕ ਲੱਭੋ ਜਿੱਦਾਂ ਆਪਾਂ ਇੰਗਲਿਸ਼ ਵਿੱਚ ਕਹਿੰਦੇ ਆ ਹੌਬੀ ਤਾਂ ਕਿ ਜਿਹੜਾ ਸਭ ਸਾਡਾ ਜਿਹੜਾ ਫ੍ਰੀ ਟਾਈਮ ਹੁੰਦਾ ਹੈ ਉਹ ਵੀ ਕੋਈ ਯੂਸਫੁਲ ਆਪਾਂ ਉਸ ਨੂੰ ਸਪੈਂਡ ਕਰ ਸਕੀਏ ਇਨ ਕੰਤਰਾਰ ਉਨ ਪਾਸਾ ਟੈਂਪੋ ਪਾਸਾ ਟੈਂਪੋ ਹੋ ਗਿਆ ਹੌਬੀ ਇਨ ਕੰਤਰਾਰ ਫਾਈਂਡ ਕਰਨਾ ਉਨ ਜਿਹੜਾ ਹੈ ਆਰਟੀਕਲ ਹੈ ਸਿੱਕੇ ਇਨਕੋਨਟਰ ਉਨ ਪਾਸਾ ਟੈਂਪੋ ਨੈਕਸਟ ਸੈਂਟੈਂਸ ਜਿਹਦਾ ਆਪਾਂ ਪੰਜਾਬੀ ਵਿੱਚ ਕਹਿੰਦੇ ਆ ਜਾਨ ਦੋ ਲੈਟ ਇਟ ਗੋ ਦੇਖਾ ਲੋ ਇਰ ਇਰ ਕੀ ਹੋ ਗਿਆ ਜਾਣਾ ਗੋ ਵਰਬ ਹੋ ਗਈ ਦੇਖਾ ਲੋ ਲੈਟ ਇਟ ਗੋ ਇਟ ਜਿਹੜਾ ਹੈ ਲੋ ਹੋ ਗਿਆ ਵਰਬ ਦੇਖਾਰ ਤੋਂ ਹੋ ਗਿਆ ਦੇਖਾ ਲੋ ਇਰ ਨੈਕਸਟ ਆਪਣਾ ਸੈਂਟੈਂਸ ਹੈ ਡਿਜ਼ਾਈਨ ਯੋਰ ਲਾਈਫ ਜਿੱਦਾਂ ਇਸ ਦਾ ਮਤਲਬ ਕਹਿੰਦਾ ਰਾਈਟਰ ਦਾ ਹੋਵੇਗਾ ਕਿ ਆਪਣੀ ਜ਼ਿੰਦਗੀ ਬਣਾਓ। ਥਿਸ ਸੀਨੀਅਰ ਸੁਵਿਧਾ ਥਿਸ ਸੀਨੀਅਰ ਸੁਵਿਧਾ ਜਿਹੜਾ ਸੁ ਹੈ ਇਹ ଫਾਰਮਲ ਹੈ ਜੇਕਰ ਤੁਸੀਂ ਕਿਸੇ ਨੂੰ ਜਾਣਦੇ ਹੋ ਤਾਂ ਆਪਾਂ ਸਿੱਧਾ ਕਹਿੰਦੇ ਨੇ ਥਿਸ ਸੀਨੀਅਰ ਤੂ ਵਿਦਾ ਠੀਕ ਹੈ ਇਹ ਫਰਕ ਹੁੰਦਾ ਇਨਫਾਰਮਲ ਜਿਸ ਨੂੰ ਆਪਾਂ ਜਾਣਦੇ ਹੋਈਏ। ਨੈਕਸਟ ਆਪਣਾ ਸੈਂਟੈਂਸ ਹੈ ਨੋਲੇਜ ਇਜ਼ ਪਾਵਰ। ਸਾਬਰ ਇਜ਼ ਪੋਦਰ। ज्ञान शक्ति है साबिर इस पौधे नेक्स्ट है जी ਤੁਸੀਂ ਕਰ ਸਕਦੇ ਹੋ ਜਿੱਦਾਂ ਆਪਾਂ ਪੰਜਾਬੀ ਵਿੱਚ ਛੱਲਾ ਸ਼ਰੀ ਦਿੰਦੇ ਆ ਯੈਸ ਯੂ ਕੈਨ ਇੰਗਲਿਸ਼ ਵਿੱਚ ਔਰ ਸਪੈਨਿਸ਼ ਵਿੱਚ ਹੋਏਗਾ ਸੀ ਤੂ ਪੁਏਦੇਸ ਜੇਕਰ ਰਿਸਪੈਕਟ ਦੇਣੀ ਹੋਵੇ ਸੀ ਉਸਤੇਦ ਪੁਏਦੇ ਠੀਕ ਹੈ ਜੀ ਨੈਕਸਟ ਸੈਂਟੈਂਸ ਹੈ ਡ੍ਰੀਮ ਬਿਲੀਵ ਅਚੀਵ ਸ਼ਾਇਦ ਰਾਈਟਰ ਦੇ ਕਹਿਣ ਦਾ ਮਤਲਬ ਇਹ ਹੋਵੇਗਾ ਕਿ ਪਹਿਲਾਂ ਸੁਪਨਾ ਦੇਖੋ ਉਸ ਉੱਪਰ ਵਿਸ਼ਵਾਸ ਰੱਖੋ ਔਰ ਫਿਰ ਪ੍ਰਾਪਤ ਕਰੋ ਸਵੇਨਿਓ ਕਰੇ ਆਲਕਾਂਸਾ ਸਵੇਨਿਓ ਕਰੇ ਆਲਕਾਂਸਾ ਨੈਕਸਟ ਹੈ ਜੀ ਟ੍ਰਾਈ ਸਮਥਿੰਗ ਨਿਊ ਕੁਝ ਨਵਾਂ ਕਰਨ ਦੀ ਕੋਸ਼ਿਸ਼ ਕਰੋ ਟ੍ਰਾਈ ਕਰਨਾ ਮਤਲਬ ਇਨਟੈਂਤਾ ਆਲਗੋ ਹੋ ਗਿਆ ਕੁਝ ਨੋਵੇਵੋ ਨਿਊ ਇਨਟੈਂਤਾ ਆਲਗੋ ਨਿਊ ਨੈਕਸਟ ਆਪਣਾ ਸੈਂਟੈਂਸ ਹੈ ਜੀ ਜ਼ਿੰਦਗੀ ਸ਼ਾਨਦਾਰ ਹੈ ਲਾਈਫ ਇਜ਼ ਆਉਸਮ ਹੁਣ ਦੇਖੋ ਆਪਾਂ ਇਸ ਨੂੰ ਸਪੈਨਿਸ਼ ਵਿੱਚ ਕਿਦਾਂ ਬੋਲਾਂਗੇ ਜ਼ਿੰਦਗੀ ਹੋ ਗਈ ਲਾ ਵਿਦਾ ਜਿਹੜਾ ਲਾ ਹੈ ਆਰਟੀਕਲ ਹੈ ਫੈਮਿਨਿਨ ਇਸ ਹੋ ਗਿਆ ਇਜ਼ ਆ ਸੋਮਬ੍ਰੋਸਾ ਆ ਸੋਮਬ੍ਰੋਸਾ ਠੀਕ ਹੈ ਲਾ ਵਿਦਾ ਇਜ਼ ਆ ਸੋਮਬ੍ਰੋਸਾ ਨੈਕਸਟ ਦਾ ਪਪਾ ਕਹਿੰਦੇ ਨਾ ਕਈ ਵਾਰ ਕਿ ਆਪਣੇ ਵੱਲੋਂ ਵਧੀਆ ਕਰਨ ਦੀ ਕੋਸ਼ਿਸ਼ ਕਰੋ ਡੂ ਯੂਅਰ ਬੈਸਟ as to me khore is fair so is fair so theek hai next viewers apna sentence hai nothing is impossible nada is impossible hun sirf pronounce karan da farak hai zyada english nalon koi farak nahi uttar double s hai aur idhar single s hai spanish vich nada is impossible theek hai ji ਨੈਕਸਟ ਸੈਂਟੈਂਸ ਹੈ ਜੀ ਨੈਵਰ ਅਫਰੀਡ ਆਫ ਪ੍ਰੋਬਲਮਸ ਮਤਲਬ ਕਿ ਸਮੱਸਿਆਵਾਂ ਤੋਂ ਕਦੇ ਨਾ ਡਰੋ ਨੂਨ ਕਾਂ ਲੈ ਤਿੰਗਾਸ ਮੀਡੋ ਡਰੋ ਆਲਾਸ ਪ੍ਰੋਬਲੇਮਾਸ ਕਿਉਂਕਿ ਪ੍ਰੋਬਲਮ ਪਲੂਰਲ ਹੈ ਜਦਾਂ ਲਿਖਿਆ ਨਾ ਪ੍ਰੋਬਲੇਮਾਸ ਦੇ ਨਾਲ ਸਾਡਾ ਜਿਹੜਾ ਆਰਟੀਕਲ ਹੈ ਉਹ ਵੀ ਹੋ ਗਿਆ ਪਲੂਰਲ ਫਾਰਮ ਦੇ ਵਿੱਚ ਔਰ ਫੈਮਿਨਿਨ ਆਰਟੀਕਲ ਹੈ ਠੀਕ ਹੈ ਜੀ ਨੈਕਸਟ ਵੀਵਰਸ ਥਾਟ ਹੈ ਜਿਹੜਾ ਲਾਈਫ ਚੇਂਜਿੰਗ ਹੋ ਸਕਦਾ If you are searching for that person who will change your life take a look in the mirror matlab ki jeekar tusi idda de insaan di khoj kar rahe ho jehda tuhadi zindagi badal dewe ta jehna apna sheeshe de vich apna look dekho see as tas if you are hun theda je expression me explain karangi see as tas if you are buskando ho gaya search karna aa aisa persona that person ਜਿੱਦਾਂ ਇੰਗਲਿਸ਼ ਵਿੱਚ ਦੈਟ ਔਰ ਪੰਜਾਬੀ ਵਿੱਚ ਹੁੰਦਾ ਕਿ ਉਸ ਵਿਅਕਤੀ ਦੀ ਕੇ ਕਾਮ ਬੀਆਰਾ ਮਤਲਬ ਤੁਹਾਡੀ ਜ਼ਿੰਦਗੀ ਬਦਲੇਗਾ ਇਹ ਜਿਹੜੇ ਕਾਮ ਬੀਆਰ ਇਤੇ ਫਿਊਚਰ ਫਾਰਮ ਦੇ ਵਿੱਚ ਮੈਂ ਲਿਖਿਆ ਹੈ ਕਿ ਕਾਮ ਬੀਆਰਾ ਤੂੰ ਵੀਦਾ ਤੁਹਾਡੀ ਜ਼ਿੰਦਗੀ ਮੀਰਾ ਤੇ ਵਰਪ ਹੈਗੀ ਵੀਵਰਸ ਮੀਰਾ ਔਰ ਉਸ ਨੂੰ ਆਪਾਂ ਜਿੱਦਾਂ ਇੰਪੈਰੇਟਿਵ ਫਾਰਮ ਕਹ ਰਹੇ ਆ ਡਾਇਰੈਕਟ ਆਪਾਂ ਜਿੱਦਾਂ ਆਰਡਰ ਕਰ ਰਹੇ ਆ ਨਾ ਕਿ ਤੂੰ ਇਦਾਂ ਕਰ ਮੀਰਾ ਤੇ ਆਲ ਇਸ ਪੀਖੋ ਤਾਂ ਜਿਹੜਾ ਸ਼ੀਸ਼ਾ ਆ ਉਸ ਨੂੰ ਦੇਖ ਠੀਕ ਹੈ ਜੀ ਨੈਕਸਟ ਸੈਂਟੈਂਸ ਹੈ ਜੀ 올 ਸਿੰਪਲ ਥਿੰਗਸ ਆਰ ਨਾਟ ਈਜ਼ੀ ਮਤਲਬ ਜਿਹੜੀਆਂ ਸਧਾਰਨ ਚੀਜ਼ਾਂ ਹੁੰਦੀਆਂ ਉਹ ਵੀ ਸੌਖੀਆਂ ਨਹੀਂ ਹੁੰਦੀਆਂ ਆਈ ਏਮ ਸਰਪ੍ਰਾਈਜ਼ਡ ਵੈਨ ਆਈ ਲਿਸਨ ਥਿਸ ਕਿ ਸਾਰੀਆਂ ਸਧਾਰਨ ਚੀਜ਼ਾਂ ਸਿੰਪਲ ਹੀ ਤਾਂ ਹੁੰਦੀਆਂ ਬਟ ਉੱਥੇ ਮੋਟੀਵੇਸ਼ਨਲ ਸਪੀਕਰ ਨੇ ਇਹ ਉਦਾਹਰਨ ਦਿੱਤੀ ਸੀਗੇ ਕਿ ਜਿੱਦਾਂ ਕਹਿੰਦੇ ਨਾ ਕਿ ਇੱਕ ਸੇਵ ਡੇਲੀ ਦਾ ਖਾਓ ਤੇ ਤੁਸੀਂ ਡਾਕਟਰ ਤੋਂ ਦੂਰ ਰਹਿ ਸਕਦੇ ਹੋ ਮਾਰਨਿੰਗ ਵਾਕ ਕਰੋ ਉਹ ਵੀ ਤੁਹਾਡੇ ਲਈ ਬਹੁਤ ਵਧੀਆ ਹੁੰਦੀ ਬਟ ਆਪਾਂ ਉਹ ਵੀ ਨਹੀਂ ਕਰ ਪਾਉਂਦੇ ਸੋ ਇਟ ਇਜ਼ ਰੀਲੀ ਗੁੱਡ ਥਾਟ ਤੋ ਦਾਸ ਲਾਸ ਕੋਸਸ ਸਿੰਪਲ ਇਸ ਨੋ ਸੋਨ ਫਾਸਿਲੇਸ ਸਾਰੇ ਜਿਹੜੀ ਲਾਈਨ ਹੈ ਪਲੂਰਲ ਫਾਰਮ ਦੇ ਵਿੱਚ ਹੋ ਗਈ ਤੋ ਦਾਸ ਲਾਸ ਕੋਸਸ ਸਿੰਪਲ ਇਸ ਨੋ ਸੋਨ ਫਾਸਿਲੇਸ ਠੀਕ ਹੈ ਜੀ ਨੈਕਸਟ ਸੈਂਟੈਂਸ ਹੈ ਬੀ ਡੈਡੀਕੇਟਡ ਟੂ ਯੂਅਰ ਗੋਲ ਮਤਲਬ ਕਿ ਜੋ ਵੀ ਤੁਹਾਡਾ ਗੋਲ ਹੁੰਦਾ ਹੈ ਉਸ ਦੇ ਪ੍ਰਤੀ ਡੈਡੀਕੇਟ ਰੋ ਸੇ ਆ ਦੇਦੀਕਾ ਦੋ ਆ ਸੁ ਉਬਖੇਤੀਵੋ ਧਿਆਨ ਦੇਣਾ ਵੀਵਰਸ ਬੋਲਣਾ ਇਸ ਨੂੰ ਉਬਖੇਤੀਵੋ ਉਹ ਇੰਗਲਿਸ਼ ਵਾਲਾ ਜੇ ਨਹੀਂ ਹੈ ਉਬਖੇਤੀਵੋ ਨੈਕਸਟ ਸੈਂਟੈਂਸ ਹੈ ਜੀ ਹੈਪੀਨੈਸ ਇਜ਼ ਕੀ ਆਫ ਸਕਸੈਸ खुशी ला फेलिसिदाद ला जेड़ा है आर्टिकल है फेमिनिन फेलिसिदाद हो गया हैप्पीनेस इज इज ला क्लावे देल एक्ससीतो चाबी है किस दी देल एक्ससीतो हो गया सफलता देल किस तरीके नाल फॉर्म हुंदा है जबो आर्टिकल एल और प्रेपोजिशन दे इकट्ठे ऑनता ओ देल फॉर्म करते दे हैं ठीक है ला फेलिसिदाद इस ला क्लावे देल एक्ससीतो ठीक है। टू लेट टू लर्न मतलब कि कदी भी देर नहीं होंगी कुछ सीखने नून का एस्तार दे, पारा होगी कदे भी नून का, का एस तार दे पारा अपरें नेक्स्ट सेंटेंस है जी डू नॉट लीव फॉर टुमारो ਵਾਟ ਯੂ ਕੈਨ ਡੂ ਟੂਡੇ ਮਤਲਬ ਜੋ ਕੰਮ ਤੁਸੀਂ ਅੱਜ ਕਰ ਸਕਦੇ ਹੋ ਉਸ ਨੂੰ ਕੱਲ ਤੇ ਕਦੀ ਨਾ ਛੱਡੋ ਨੋ ਦੇਖਾਸ ਮਤਲਬ ਨਾ ਛੱਡੋ ਦੇਖਾਰ ਵਰਬ ਹੁੰਦੀ ਹੈ ਸੈਕਿੰਡ ਪਰਸਨ ਦੇ ਲਈ ਆਪਾਂ ਇੰਪੈਰੇਟਿਵ ਕਹਿ ਰਹੇ ਆ ਇੰਪੈਰੇਟਿਵ ਸੈਂਟੈਂਸ ਨੋ ਦੇਖਾਸ ਪਾਰਾ ਮੰਨਿਆ ਨਾ ਕੱਲ ਦੇ ਲਈ ਨਾ ਛੱਡੋ ਲੋ ਕੇ ਪੁਏਦਾਸ ਆਸੇਰ ਓਈ ਜੋ ਤੁਸੀਂ ਅੱਜ ਕਰ ਸਕਦੇ ਹੋ ਓਈ ਹੋ ਗਿਆ ਅੱਜ ਆਸੇਰ ਮਤਲਬ ਕਰਨਾ ਪੁਏਦੇ ਸਕੈਨ ਕਿ ਜਿੱਦਾਂ ਹੋ ਗਿਆ ਜੋ ਤੁਸੀਂ ਅੱਜ ਕਰ ਸਕਦੇ ਹੋ ਨੋ ਦੇਖਸ ਪਾਰਮਾਨਿਆਨਾ ਲੋਕੇ ਪਵੇਦਸ ਪਵੇਦਸ ਅਸਰ ਉਈ ਨੈਕਸਟ ਆਪਣਾ ਸੈਂਟੈਂਸ ਹੈ ਜੀ ਆਈ ਡੋਨਟ ਵਾਂਟ ਅ ਪਰਫੈਕਟ ਲਾਈਫ ਆਈ ਵਾਂਟ ਅ ਹੈਪੀ ਲਾਈਫ ਮਤਲਬ ਕਿ ਮੈਂ ਇੱਕ ਸੰਪੂਰਨ ਜ਼ਿੰਦਗੀ ਨਹੀਂ ਚਾਹੁੰਦਾ ਮੈਂ ਖੁਸ਼ੀ ਵਾਲੀ ਜ਼ਿੰਦਗੀ ਚਾਹੁੰਦਾ ਬਿਕੋਜ਼ ਲਾਈਫ ਇਸ ਨੈਵਰ ਬੀ ਪਰਫੈਕਟ ਕੁਝ ਇਮਪਰਫੈਕਸ਼ਨਸ ਹਮੇਸ਼ਾ ਰਹਿੰਦੀਆਂ ਹਨ ਨੋ ਕੇਰੋ ਮੈਂ ਨਹੀਂ ਚਾਹੁੰਦਾ ਆਪਣੇ ਲਈ ਨੋ ਕਿੇਰੋ ਕਹਿਣਾ ਵਰਬ ਕਿਹੜੀ ਹੁੰਦੀ ਹੈ ਕੇਰਰ ਮੈਂ ਨਹੀਂ ਚਾਹਦਾ ਉਨਾ ਵਿਦਾ ਪਰਫੈਕਟਾ ਵਿਦਾ ਹੋ ਗਿਆ ਲਾਈਫ ਔਰ ਜਿਹੜਾ ਉਨਾ ਹੈ ਇਹ ਆਰਟੀਕਲ ਇਨਡੇਫਿਨਿਟ ਨੋ ਕੇਰੋ ਉਨਾ ਵਿਦਾ ਪਰਫੈਕਟਾ ਕਿੇਰੋ ਉਨਾ ਵਿਦਾ ਫੈਲੀਸ ਇੱਕ ਖੁਸ਼ੀ ਵਾਲੀ ਜ਼ਿੰਦਗੀ ਜੋਨਾ ਹੈਪੀ ਲਾਈਫ ਹੋਗੀ ਵਿਦਾ ਫੈਲੀਸ ਕੇਰੋ ਮਤਲਬ ਚਾਹਦਾ ਹਾਂ ਕੇਰੋ ਉਨਾ ਵਿਦਾ ਫੈਲੀਸ ਵੀਵਰਸ ਪਲੀਜ਼ ਰਿਪੀਟ ਆਫਟਰ ਮੀ ਅਨੈਕਸਟ ਇਜ਼ ਡੋਨਟ ಲೆਟ ਬਿਹੇਵੀਅਰ ਆਫ ਅਦਰਸ ਟੂ ਡਿਸਟਰੋਏ ਯਰ ਲਾਈਫ ਨੋ ਦੇਖਾਂ ਡੋਨਟ ಲೆਟ ਕੇ ਐਲ ਕੋਂਪਾਰਟਾਮੀਐਂਟੋ ਬਿਹੇਵੀਅਰ ਦੇ ਲਾਸ ਦੇਮਾਸ ਆਫ ਅਦਰਸ ਡਿਸਟਰੂਆ ਟੂ ਵਿਦਾ ਟੂ ਡਿਸਟਰੋਏ ਯਰ ਲਾਈਫ ਮਤਲਬ ਦੂਜਿਆਂ ਦੇ ਭਾਰ ਦੇ ਨਾਲ ਆਪਣੀ ਜਿਹੜੀ ਜ਼ਿੰਦਗੀ ਐ ਇਸ ਨੂੰ ਖਰਾਬ ਨਾ ਕਰੋ ਵੀਵਰਸ ਏ ਸਿਗੀ ਅੱਜ ਦੀ ਵੀਡੀਓ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਦੇ ਵਿੱਚ ਜਰੂਰ ਕੁਛ ਨਾ ਕੁਛ ਨਵਾਂ ਸਿੱਖਿਆ ਹੋਏਗਾ स्पेनिश लैंग्वेज ਦੇ ਨਾਲ ریلیਟਡ ਔਰ ਉਮੀਦ ਹੈ ਕਿ ਇਸ ਦੇ ਵਿੱਚ ਜਿਹੜੇ ਵਿਚਾਰ ਹੈ ਉਹ ਵੀ ਤੁਹਾਨੂੰ ਵਧੀਆ ਲੱਗੇ ਹੋਣਗੇ ਔਰ ਜੇਕਰ ਵਧੀਆ ਲੱਗੇ ਤਾਂ ਈਵਰਸ ਇਸ ਸਾਲ ਦੇ ਵਿੱਚ ਇਹਨਾਂ ਨੂੰ ਆਪਣੇ ਲਾਈਫ ਦੇ ਵਿੱਚ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਜ਼ਰੂਰ ਕਰਨਾ ਜੇਕਰ ਵੀਡੀਓ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਜਿਨ੍ਹਾਂ ਨੇ ਆਲਰੇਡੀ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ